ਪੂਰੀ ਤਰ੍ਹਾਂ ਸਜਾਇਆ ਗਿਆ ਸੀ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੀ ਕਾਫੀ ਖੁਸ਼ੀ ਮਹਿਸੂਸ ਕੀਤੀ ਗਈ। ਫਤਿਹਗੜ੍ਹ ਚੂੜੀਆਂ ਦੇ ਮੰਦਰਾਂ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਸੀ। ਕਸਬੇ ਵਿੱਚ ਸਿਆਸੀ ਪਾਰਟੀਆਂ ਦੇ ਆਗੂ, ਆਪ ਨੇਤਾ ਬਲਬੀਰ ਸਿੰਘ ਪੰਨੂ, ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਆਪਣੇ ਸਮਰਥਕਾਂ ਸਮੇਤ ਮੰਦਰਾਂ ਵਿੱਚ ਨਤਮਸਤਕ ਹੋਏ। ਆਓ ਜਾਣੋ ਦਿਵਯ ਪੰਜਾਬ ਨਾਲ ਗੱਲਬਾਤ। ਦੇਖੋ ਜੀ, ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ। ਬੜੀ ਕਰਨੀ ਬਹੁਤ ਜੋ ਸਾਡੇ ਹਿੰਦੂ ਸਮਾਜ ਜੀ, ਬੜੀ ਵੱਡੀ ਸ਼ਾਨ ਕ੍ਰਿਸ਼ਨ ਭਗਵਾਨ ਜੀ ਦਾ ਅੱਜ ਜਨਮ ਦਿਹਾੜਾ ਹੈ। ਮੈਂ ਆਪਣੇ ਵੱਲੋਂ ਫਤਿਹਗੜ੍ਹ ਵਾਸੀਆਂ ਨੂੰ, ਹਲਕਾ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਦੇਸ਼ਾਂ ਪ੍ਰਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਭਾਈਚਾਰੇ ਦੇ ਲੋਕ ਵੱਸਦੇ ਨੇ, ਜੋ ਸਾਡੇ ਹਿੰਦੂ ਭਾਈਚਾਰੇ ਦੇ ਵੀਰ ਨੇ, ਉਹਨਾਂ ਨੂੰ ਮੇਰੇ ਵੱਲੋਂ, ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ। ਕ੍ਰਿਸ਼ਨ ਜੀ ਸਾਰੇ ਇਲਾਕੇ ਅਤੇ ਸਾਰੇ ਸ਼ਹਿਰ ਦੇ ਉੱਤੇ ਆਪਣਾ ਹੱਥ, ਮਿਹਰ ਭਰਿਆ ਹੱਥ ਰੱਖਣ ਔਰ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ, ਕਾਰੋਬਾਰਾਂ ਦੇ ਉੱਤੇ ਤਰੱਕੀਆਂ ਬਖਸ਼ਣ। ਮੇਰੇ ਵੱਲੋਂ ਬਾਹਰ ਤੋਂ, ਮੇਰੇ ਵੱਲੋਂ ਸਾਰੇ ਫਤਿਹਗੜ੍ਹ ਚੂੜੀਆਂ ਸ਼ਹਿਰ ਨੂੰ, ਹਲਕੇ ਨੂੰ ਬਹੁਤ ਬਹੁਤ ਮੁਬਾਰਕਾਂ। ਸ਼ਹਿਰ ਵਾਸੀਆਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੋ ਕੋਈ ਕਰਦਿਆ? ਵੇਖੋ ਜੀ, ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਵੀ ਕਾਫੀ ਕੋਸ਼ਿਸ਼ ਕਰ ਰਿਹਾ, ਪ੍ਰਸ਼ਾਸਨ ਵੀ ਕੋਸ਼ਿਸ਼ ਕਰ ਰਿਹਾ ਕਿ ਜੋ ਨਸ਼ੇ ਦਾ ਦੌਰ ਪਹਿਲੋਂ ਨਾਲੋਂ ਬਹੁਤ ਸ਼ਹਿਰ ਦੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਬੜਾ ਗਦਰ ਸੀ, ਬਹੁਤ ਮੈਂ ਮੁਲਾਜ਼ਮਾਂ ਨੂੰ ਵੀ ਬਿਲਕੁਲ ਸਟਿਕ ਆਰਡਰ ਦਿੱਤੇ ਨੇ ਕਿ ਜਿੱਥੇ ਜਿੱਥੇ ਵੀ ਕੋਈ ਨਸ਼ੇ ਦਾ ਗਲਤ ਅੰਸਰ ਹੈ ਜਾਂ ਕਿਸੇ ਦੇ ਪਿੰਡ ਦੇ ਵਿੱਚ ਆ ਜਾਂ ਸ਼ਹਿਰ ਦੇ ਵਿੱਚ ਆ, ਉਹ ਪ੍ਰਸ਼ਾਸਨ ਨੂੰ ਆ ਕੇ ਜ਼ਰੂਰ ਦੱਸੋ, ਜੇ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਤਾਂ ਮੈਨੂੰ ਆ ਕੇ ਦੱਸੋ, ਮੈਂ ਉਹਨਾਂ 'ਤੇ ਆਪ ਹੈਂਡ ਟੂ ਹੈਂਡ ਕਾਰਵਾਈ ਕਰਵਾਊਂਗਾ। ਅਸੀਂ ਰਲ ਮਿਲ ਕੇ ਸਾਰਿਆਂ ਦੇ ਸਾਥ ਦੇ ਨਾਲ ਆਪਣੀ ਆਪਣੇ ਸ਼ਹਿਰ ਨੂੰ, ਆਪਣੇ ਇਲਾਕੇ ਨੂੰ ਵਧੀਆ ਸੋਹਣਾ ਇਲਾਕਾ ਬਣਾਈਏ, ਆਪਣੇ ਬੱਚਿਆਂ ਨੂੰ ਚੰਗਾ ਸ਼ਹਿਰ ਸਿੱਧ ਕੇ ਜਾਈਏ, ਚੰਗਾ ਹਲਕਾ ਔਰ ਚੰਗਾ ਪੰਜਾਬ ਸਿੱਧ ਕੇ ਜਾਈਏ। ਧੰਨਵਾਦ। ਜੁੜਿਆ ਜਨਮਅਸ਼ਟਮੀ ਦਾ ਹੈ, ਲੋਕਾਂ ਨੂੰ ਵਧਾਈ ਦੇਣਾ ਆ। ਕ੍ਰਿਸ਼ਨ ਮਹਾਰਾਜ ਦਾ ਜਨਮ ਦਿਨ ਮਨਾਉਣ ਵਾਸਤੇ ਮੰਦਰੇ ਵਿੱਚ ਮੱਥਾ ਟੇਕਣਾ ਆ। ਸੋ ਇਸ ਦਿਨ 'ਤੇ ਸ਼ੁਭ ਦਿਹਾੜੇ ਦੇ ਸਾਰੇ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਫਤਿਹਗੜ੍ਹ ਚੂੜੀਆਂ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ। ਸਾਰਿਆਂ ਦਾ ਸਾਲ ਬਹੁਤ ਚੰਗਾ ਚੜ੍ਹੇ। ਕੱਚ ਪਾਂਦੀ, ਦਿਵਯ ਪੰਜਾਬ ਟੀਵੀ, ਫਤਿਹਗੜ੍ਹ ਚੂੜੀਆਂ। ਪੰਕਜ ਪਾਂਦੀ, ਦਿਵਯ ਪੰਜਾਬ ਟੀਵੀ, ਫਤਿਹਗੜ੍ਹ ਚੂੜੀਆਂ।